ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਬੋਇਸ ਵਾਈਪਰ 75 ਦਿਨ 4 ਦੇ ਆਪਾਂ ਪਹਿਲਾ ਦਿਨ ਗਰਾਊਂਡ ਵਿੱਚ ਹਾਂਜੀ 45 ਮਿੰਟ ਦਾ ਜੋ ਵਰਕਆਊਟ ਉਹ ਕਰਤਾ ਸ਼ੁਰੂ। ਪਹਿਲਾ ਮੈਂ ਟੱਪਿਆ ਰੱਸਾ 10 ਮਿੰਟ। ਹਾਂਜੀ ਹੁਣ ਆਪਾਂ ਰੱਸਾ ਟੱਪਣ ਤੋਂ ਬਾਅਦ ਮਾਰੇ 200 ਸਪਾਟੇ। ਹਾਂਜੀ ਹੁਣ ਆਪਾਂ 200 ਸਪਾਟੇ ਮਾਰਨ ਤੋਂ ਬਾਅਦ ਮਾਰੇ ਡੱਡੂ ਸਪਾਟੇ 100। ਹਾਂਜੀ ਹੁਣ ਆਪਾਂ ਜੋ 4 ਲੀਟਰ ਪਾਣੀ ਪੀਣ ਦਾ ਟਾਸਕ ਸੀ ਉਹਦੇ ਆਪਾਂ ਬਹੁਤ ਜ਼ਿਆਦਾ ਨੇੜੇ ਜਾ ਰਹੇ ਹਾਂ। ਹਾਂਜੀ ਹੁਣ ਆਪਾਂ ਵਰਕਆਊਟ ਤੋਂ ਬਾਅਦ ਨਹਾ ਧੋ ਕੇ ਖਾਧੀ ਰੋਟੀ। ਹਾਂਜੀ ਹੁਣ ਸ਼ਾਮ ਦਾ ਵਰਕਆਊਟ। ਸ਼ਾਮ ਦੇ ਵਰਕਆਊਟ ਵਿੱਚ ਮੈਂ ਲਾਏ ਸਭ ਤੋਂ ਪਹਿਲਾਂ ਡੈਡ ਲਿਫਟ। ਹਾਂਜੀ ਜੀ ਹੁਣ ਆਪਣੀ ਦੂਜੀ ਐਕਸਰਸਾਈਜ਼ ਹੈ ਵਾਈਡ ਲੈਟ ਪੁੱਲ ਡਾਊਨ। ਹਾਂਜੀ ਜੀ ਹੁਣ ਆਪਾਂ ਲਾਵਾਂਗੇ ਫਰੰਟ 6 ਪੈਕ ਐਕਸਰਸਾਈਜ਼। ਹਾਂਜੀ ਹੁਣ ਆਪਾਂ ਗਏ ਘਰ। ਹੁਣ ਆ ਗਿਆ ਆਪਣਾ ਰੋਟੀ ਖਾਣ ਦਾ ਟਾਈਮ। ਹਾਂਜੀ ਹੁਣ ਆਪਣਾ ਆ ਗਿਆ ਆਖਰੀ ਟਾਸਕ ਬੁੱਕ ਪੜ੍ਹਨ ਦਾ। ਮੈਂ ਪੜ੍ਹੂੰਗਾ ਸ਼੍ਰੀ ਗੁਰੂ ਭਗਤ ਮਾਲ ਸਟੀਕ। ਹਾਂਜੀ ਜੀ ਅੱਜ ਆਪਾਂ ਭਾਈ ਮਰਦਾਨਾ ਜੀ ਬਾਰੇ ਬੁੱਕ ਵਿੱਚ ਪੜ੍ਹਿਆ। ਭਾਈ ਮਰਦਾਨਾ ਜੀ ਹੀ ਇੱਕ ਐਸੇ ਭਾਗਸ਼ੀਲ ਮਰਦ ਸਨ ਜਿਨ੍ਹਾਂ